हेलो स्टूडेंट बेटा जब आप अपनी आज दी वीडियो विच करंगे लिमिटेशन ऑफ स्टैटिस्टिक्स परसों लिमिटेशन ऑफ स्टैटिस्टिक्स तो पहला थोनू इस दी पिछली वीडियो फीचर ऑफ द स्टैटिस्टिक्स एज अ प्लूरल सेंस और सिंगुलर सेंस देखनी बहुत जरूरी है अगर तूसी नहीं देखी पहला तूसी ओ देखो फिर ये देखना लिमिटेशन ऑफ स्टैटिस्टिक्स उसका लिंक मैं थोनू डिस्क्रिप्शन विच दे दूंगा सबसे तो पहला तूसी लिमिट अपना फीचर ऑफ द स्टैटिस्टिक्स इन अ प्लूरल सेंस और सिंगुलर सेंस देखो ਫੇ ਤੁਸੀਂ ਲਿਮਿਟੇਸ਼ਨ ਦੇਖੋ ਅਗਰ ਤੁਹਾਨੂੰ ਹੋਰ ਵੀ ਕਿਸੇ ਵੀ ਟੌਪਿਕ ਦੀ ਵੀਡੀਓ ਚਾਹੀਦੀ ਹੈ ਕਾਉਂਟਸ ਇਕਨੋਮਿਕ ਤੁਸੀਂ ਕਮੈਂਟ ਸੈਕਸ਼ਨ ਦੇਖੋ ਬੇਟਾ ਤੁਹਾਨੂੰ ਉਹ ਪ੍ਰੋਵਾਈਡ ਹੋ ਜੇਗੀ ਠੀਕ ਹੈ ਜੀ ਚਲੋ ਆਪਾਂ ਲਾਸਟ ਵੀਡੀਓ ਬੇਟਾ ਫੀਚਰ ਆਫ ਸਟੈਟਿਸਟਿਕਸ ਡਿਸਕਸ ਕੀਤੇ ਸੀਗੇ ਪਲੂਰਲ ਸੈਂਸ ਆਰ ਸਿੰਗੂਲਰ ਸੈਂਸ ਦੇ ਅੱਜ ਆਪਾਂ ਡਿਸਕਸ ਕਰਾਂਗੇ ਲਿਮਿਟੇਸ਼ਨ ਆਫ ਸਟੈਟਿਸਟਿਕਸ ਦੇਖੋ ਜੀ ਸਭ ਤੋਂ ਫਸਟ ਲਿਮਿਟੇਸ਼ਨ ਆਫ ਸਟੈਟਿਸਟਿਕਸ ਕੀ ਹੈ ਸਟਡੀ ਆਫ ਨੰਮੈਰਕਲ ਫੈਕਟ ਓਨਲੀ ਕਿਨ ਸਟੈਟਿਸਟਿਕਸ ਸਿਰਫ ਡੀਲ ਕਰਦੀ ਹੈ ਨੰਮੈਰਕਲ ਫੈਕਟ ਨਾਲ ਬੇਟਾ ਫੀਚਰ ਕੀਤੇ ਸੀਗੇ ਇਨਾ ਪਲੂਰਲ ਸੈਂਸ ਉਹਦੇ ਵਿੱਚ ਪੁਆਇੰਟ ਸੀਗਾ ਆਪਣਾ ਨਿਊਮੈਰੀਕਲੀ ਐਕਸਪਰੈਸ ਦਾ ਉੱਥੇ ਵੀ ਆਪਾਂ ਇਹ ਗੱਲ ਕੀਤੀ ਸੀ ਸਟੈਟਿਸਟਿਕਸ ਸਿਰਫ ਡੀਲ ਕਰਦਾ ਤੁਹਾਡਾ ਕੁਆਂਟੀਟੇਟਿਵ ਡਾਟਾ ਨਾਲ ਨੋ ਡੀਲ ਦਾ ਕੁਆਲੀਟੇਟਿਵ ਡਾਟਾ ਉੱਥੇ ਵੀ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ ਅਗਰ ਮੰਨ ਕੇ ਚੱਲੋ ਰਾਮ ਕੋੜ 95% ਉਹ ਤੁਹਾਡਾ ਹੋ ਗਿਆ ਆਪਣਾ ਕੁਆਂਟੀਟੇਟਿਵ ਡਾਟਾ ਸਟੈਟਿਸ ਉਸ ਨਾਲ ਡੀਲ ਕਰਦਾ ਅਗਰ ਕੋਈ ਰਾਮ ਇਸ ਦਾ ਇੰਟੈਲੀਜੈਂਟ ਪੁਆਇ ਸਟੈਟਿਸ ਉਸ ਨਾਲ ਨਹੀਂ ਡੀਲ ਕਰਦਾ ਉਹਦੇ ਲਿਮਿਟੇਸ਼ਨ ਹੋਗੀ मतलब जो प्लूरल सेंस के भी थोड़ा सैकेंड पॉइंट से नमेरिकली एक्सप्रैस उसकी लिमीटेस ये अपनी किया। उस figure, है की quantity, uh, like honesty, wisdom, health, justice, uh, है सी नमेरीकल फिगर कोटिटिव डाटा न डील करता है वो क्वालिटेटिव डाटा न डील नहीं करता देखो बीच की सैट इज इज स्टडी ओनली सच फैक्ट कैन बी एक्सप्रेस इन नमेरिकल टर्म इट डज नॉट क्वानी क्वालिटेटिव लाइक होनेस फ्रेंडशिप विजडम हैल्थ जस्टिस असैक्ट्रा ज उस नहीं डील करता मैं थोड़ा एक एग्जाम्पल भी देती ਮੇਰਾ ਸੈਕੰਡ ਪੁਆਇੰਟ ਇਜ਼ ਅ ਸਟੱਡੀ ਆਫ ਐਗਰੀਗੇਟ ਓਨਲੀ ਵਾਂਸ ਅਗੇਨ ਅਗਰ ਤੁਸੀਂ ਇਹ ਪਲੂਰਲ ਸੈਂਸ ਦੇ ਫੀਚਰ ਚੈੱਕ ਕਰੋਗੇ ਲਾਸਟ ਵੀਡੀਓ ਵਿੱਚ ਇਹਦਾ ਫਰਸਟ ਪੁਆਇੰਟ ਸੀ ਫੀਚਰ ਕਿ ਸਟੈਟਿਸਟਿਕ ਸਿਰਫ ਐਗਰੀਗੇਟ ਆਫ ਡਾਟਾ ਨਾਲ ਡੀਲ ਕਰਦਾ ਹੈ ਐਗਰੀਗੇਟ ਬਲ ਇੱਕ ਤੋਂ ਵੱਧ ਇਹ ਕਦੇ ਵੀ ਸਿੰਗਲ ਡਾਟਾ ਨਾਲ ਨਹੀਂ ਡੀਲ ਕਰਦਾ ਜਾਂ ਸਿੰਗਲ ਯੂਨਿਟ ਨਾਲ ਜਿਨਾਂ ਤੋਂ ਉਹ ਐਗਜ਼ਾਮਪਲ ਦਿੱਤੀ ਸੀ ਅਗਰ ਕੋਈ ਕਾਲਜ ਵਿੱਚ 1000 ਸਟੂਡੈਂਟ ਹੈ ਇਟ ਇਜ਼ ਨੋਟ ਅ ਸਟੈਟਿਸਟਿਕ ਅਗਰ ਕੋਈ ਐਸੀ ਕਾਲਜ ਵਿੱਚ 500 ਬॉयਜ਼ ਹੈ ਜਾਂ 500 ਗਰਲਸ ਹੈ ਜਾਂ ਕੁਝ ਵੀ ਹੋਰ ਐਗਜ਼ਾਮਪਲ ਲੈ ਸਕਦਾ ਦੈਨ ਉਹ ਐਗਰੀਗੇ ਦੈਨ ਉਹ ਸਟੈਟਿਸਟਿਕਸ ਵੀ ਐਂਡ ਐਗਰੀਗੇਟ ਆਫ ਫੈਕਟਸ ਵੀ ਹੈ ਠੀਕ ਹੈ ਜੀ ਤਾਂ ਇਹ ਸਟੈਟਿਸਟਿਕ ਲਿਮਿਟੇਸ਼ਨ ਹੋ ਗਈ ਇਹ ਸਿਰਫ ਐਗਰੀਗੇਟ ਆਫ ਫੈਕਟ ਨਾਲ ਡੀਲ ਕਰਦਾ ਹੈ ਇਹ ਸਿੰਗਲ ਡਾਟਾ ਨਾਲ ਨਹੀਂ ਡੀਲ ਕਰਦਾ ਦੇਖੋ ਹੁਣ ਆਪਾਂ ਵਿੱਚ ਪੜਦੇ ਆ ਸਟੈਟਿਸਟਿਕ ਸਟੱਡੀ ਓਨਲੀ ਦਾ ਐਗਰੀਗੇਟ ਆਫ ਕੁਆਂਟੀਟੇਟਿਵ ਫੈਕਟ ਇਟ ਡਸ ਨਾਟ ਸਟੱਡੀ ਦਾ ਸਟੈਟਿਸਟਿਕ ਫੈਕਟ ਰਿਲੇਟਿਡ ਟੂ ਆ ਓਨਲੀ ਆ ਪਾਰਟਿਕੂਲਰ ਯੂਨਿਟ ਇਹ ਉਸ ਨਾਲ ਡੀਲ ਨਹੀਂ ਕਰਦਾ ਐਗਜ਼ਾਮਪਲ ਦਿੱਤੀ ਵੀ ਹੈ ਯੂਅਰ ਕਲਾਸ ਟੀਚਰ ਅਰਨ 50000 ਪਰ ਮੰਥ ਥਿਸ ਫੈਕਟੂਲ ਟੂ ਆ ਇੰਡੀਵਿਜੂਅਲ ਤਾਂ ਇਹ ਤੁਹਾਡਾ ਸਟੈਟਿਸਟਿਕਸ ਨਹੀਂ ਹੈ ਅਗਰ ਅਸੀਂ ਕਿ ਇਹ ਇਨਕਮ ਆਫ ਸਕੂਲ ਟੀਚਰਸ ਕਿ ਇਕਨੋਮਿਸਟ ਟੀਚਰ ਦੀ ਕਿੰਨੀ ਇਨਕਮ ਹੈ ਅਕਾਊਂਟ ਟੀਚਰ ਦੀ ਕਿੰਨੀ ਇਨਕਮ ਹੈ ਦੈਨ ਉਹ ਤੁਹਾਡਾ ਸਟੈਟਿਸਟਿਕਸ ਹੈ ਤਾਂ ਇਹਦੀ ਲਿਮਿਟੇਸ਼ਨ ਹੋਗੀ ਕਿ ਇਹ ਸਿੰਗਲ ਡਾਟਾ ਨਾਲ ਡੀਲ ਨਹੀਂ ਕਰਦਾ ਸਿਫ ਐਗਰੀਗੇਟ ਨਾਲ ਡੀਲ ਕਰਦਾ ਬੜਾ ਥਰਡ ਪੁਆਇੰਟ ਹੋਮੋਜੀਨਿਟੀ ਆਫ ਡਾਟਾ ਇਜ਼ ਅ ਸੈਂਸ਼ੀਅਲ ਰਿਕੁਆਇਰਮੈਂਟ ਪਹਿਲਾ ਇਹ ਤੁਹਾਨੂੰ ਮਤਲਬ ਕਲੀਅਰ ਹੋਣਾ ਚਾਹੀਦਾ ਹੋਮੋਜੀਨਿਟੀ ਮਤਲਬ ਸੇਮ ਇਕ ਜਿਸ ਦਾ ਆਪੋਜ਼ਿਟ ਵਰਡ ਹੁੰਦਾ ਹੈ ਹੈਟਰੋਜੀਨियस ਹੈਟਰੋਜੀਨियस ਮਤਲਬ ਹੁੰਦਾ ਹੈ ਅਲੱਗ-ਅਲੱਗ ਇੱਕ ਵਰਡ ਆ ਹੋਮੋਜੀਨियस ਜਿਹਨੂੰ ਆਪਾਂ ਹੋਮੋਜੀਨਿਟੀ ਵੀ ਕਹਿੰਦੇ ਨੇ ਇਹਦਾ ਮਤਲਬ ਹੁੰਦਾ ਹੈ ਸੇਮ ਇੱਕ ਵਰਡ ਹੁੰਦਾ ਹੈ ਇਹਦਾ ਆਪੋਜ਼ਿਟ ਹੈਟਰੋਜੀਨियस ਜਿਹਦਾ ਮਤਲਬ ਹੁੰਦਾ ਹੈ ਅਲੱਗ-ਅਲੱਗ ਦੇਖੋ ਜੀ ਵਾਂਸ ਅਗੇ ਨੇ ਤੁਹਾਡਾ ਆਪਾਂ ਫੀਚਰ ਆਫ ਪਲੂਰਲ ਸੈਂਸ ਦੇ ਵਿੱਚ 5th ਪੁਆਇੰਟ ਕੀਤਾ ਸੀਗਾ ਤੁਸੀਂ ਚੈੱਕ ਕਰੋਗੇ 뮤ਚੁਅਲੀ ਰਿਲੇਟਿਡ ਐਂਡ ਕੰਪੇਅਰੇਬਲ ਤੁਸੀਂ ਚੈੱਕ ਕਰਨਾ ਲਾਸਟ ਵੀਡੀਓ ਵਿੱਚ ਹੁਣ ਇਹਦੇ ਵਿੱਚ ਚੈੱਕ ਕਰੋ ਕੀ ਲਿਖਿਆ ਪਿਆ ਹੋਮੋਜੀਨਿਟੀ ਆਫ ਟਾਈਟ ਐਂਡ ਐਸੈਂਸ਼ੀਅਲ ਰ कि जो स्टैटिस्टिक्स है अगर डाटा होमोजिनियस है तही वो कंपेयर कर सकदा है ठीक है जी अगर डाटा ਤੁਹਾਡਾ ਡਿਵਰਸ ਕੁਆਲਿਟੀ ਹੈ ਹੈਟਰੋਜੀਨਸ ਹੈ देन स्टैटिस्टिक्स ਦਾ ਕੋਈ ਮਤਲਬ ਨਹੀਂ ਦੈਨ ਉਹ ਕੰਪੇਅਰ ਨਹੀਂ ਕਰ ਸਕਦਾ ਜਿਵੇਂ ਆਪਾਂ एग्जांपल ਦਿੱਤੀ ਸੀ ਅਗਰ ਅਸੀਂ ਕਹੀਏ RAM ਦੀ ਏਜ ਔਰ MOHAN ਦੀ weight ਨਾਲ ਕੰਪੈਰੀਜ਼ਨ ਕਰੀਏ ਪੋਸੀਬਲ ਹੀ ਨਹੀਂ ਹੈ ਉਸ ਸਟੈਟਿਸਟਿਕਸ ਨਹੀਂ ਹੈ ਉਸ ਨੂੰ ਉਹ ਕੰਪੇਅਰ ਕਰਨ ਵਿੱਚ ਕੰਪਲੀਟ ਨਹੀਂ ਹੁੰਦਾ ਅਗਰ ਤੁਹਾਡਾ ਕੀ ਆ ਰਾਮਦਾਈ ਏਜ ਔਰ ਮੋਹਨ ਦੀ ਏਜ ਦੀ ਗੱਲ ਕਰੀਏ ਦੈਨ ਸਟੈਟਿਸਟਿਕ ਕੰਪੈਰੀਜ਼ਨ ਕਰ ਸਕਦਾ ਹੈ ਦੈਨ ਇਹ ਵੀ ਇੱਕ ਲਿਮਿਟੇਸ਼ਨ ਹੋਗੀ ਕਿ ਸਟੈਟਿਸਟਿਕਸ ਸਿਰਫ ਤੇ ਸਿਰਫ ਹੋਮੋਜੀਨियस ਡਾਟਾ ਨਾਲ ਡੀਲ ਕਰਦਾ ਹੈ ਹੈਟੋਜੀਨियस ਡਾਟਾ ਵਿੱਚ ਸਟੈਟਿਸਟਿਕਸ ਦੀ ਲਿਮਿਟੇਸ਼ਨ ਆ ਜਾਂਦੀ ਹੈ ਉਸ ਨੂੰ ਇਹ ਡਿਫਾਈਨ ਨਹੀਂ ਕਰ ਸਕਦਾ ਕੰਪੇਅਰ ਨਹੀਂ ਕਰ ਸਕਦਾ ਵਿਚ ਪਰਦਾ ਬੇਟਾ ਟੂ ਕੰਪੇਅਰ ਡਾਟਾ ਇਟ ਇਜ਼ ਅੈਸੈਂਸ਼ੀਅਲ ਦੈਟ ਸਟੈਟਿਸਟਿਕਸ ਆਰ ਯੂਨੀਫਾਰਮ ਇਨ ਕੁਆਲਿਟੀ ਕਹਿੰਦੇ ਡਾਟਾ ਨੂੰ ਕੰਪੇਅਰ ਕਰਨ ਲਈ ਜ਼ਰੂਰੀ ਹੈ ਕਿ ਸਟੈਟਿਸਟਿਕਸ ਥੋੜ डाटा ऑफ डिवर्स क्वालिटी अगर उसकी क्वालिटी क्वलिटी अलग अलग नहीं इट कैन नॉट बी काइंड कैन नॉट बी कंपेयर अगर वो फिर कंपेयर नहीं हो सकता एग्जाम्पल इन्हें जिते की है प्रोडक्शन ऑफ फूड ग्रेन कैन नॉट बी कंपेयर विद द प्रोडक्शन ऑफ कलोथ ठीक है जी तो इस करके स्टैटिक्स की एक लिमिटेन हो गई स्टैटिस सिर्फ होमोजीनियस डाटा ना डील करता हैट्रोजिनीस डाटा ना नहीं डील करता ਇੱਕ ਵਾ 3.0 ਦੁਆਰਾ ਦੇਖ ਲੋ ਬੇਟਾ ਉਹ ਸਿਰ ਨਿਊਮੈਰਿਕਲ ਵਾਂਸ ਅਗੇਨ ਦੋ ਦੋ ਐਸਪੈਕਟ ਤੁਸੀਂ ਹਰ ਪੁਆਇੰਟ ਦੇਖਣੇ ਆ ਜਿਵੇਂ ਫਰਸਟ ਪੁਆਇੰਟ ਵਿੱਚ ਦੋ ਐਸਪੈਕਟ ਕੀ ਉਹ ਸਿਰ ਨਿਊਮੈਰਿਕਲ ਫੈਕਟਰ ਨਾਲ ਡੀਲ ਕਰਦਾ ਹੈ ਮਤਲਬ ਕੁਆਲੀਟੇਟਿਵ ਨਾਲ ਨਹੀਂ ਡੀਲ ਕਰਦਾ ਸਿਰ ਕੁਆਂਟੀਟੇਟਿਵ ਨਾਲ ਡੀਲ ਕਰਦਾ ਹੈ ਸੈਕੰਡ ਵਿੱਚ ਉਹ ਸਿਰ ਐਗਰੀਗੇਟ ਫੈਕਟਰ ਨਾਲ ਡੀਲ ਕਰਦਾ ਹੈ ਸਿੰਗਲ ਡਾਟਾ ਨਾਲ ਉਹ ਨਹੀਂ ਡੀਲ ਕਰ ਸਕਦਾ ਉਹੀ ਲਿਮਿਟੇਸ਼ਨ ਹੈ ਥਰਡ ਪੁਆਇੰਟ ਵਿੱਚ ਉਹ ਹੋਮੋਜੀਨियस ਡਾਟਾ ਨਾਲ ਡੀਲ ਕਰਦਾ ਹੈ ਹੈਟੋਜੀਨियस ਨਾਲ ਨਹੀਂ ਕਰਦਾ ਅਗਰ ਡਾਟਾ ਇਹ ਜੋ ਆਪਣੀ ਕੁਆਲਿਟੀਜ਼ ਜੇ ਅਗਰ ਉਹ ਸੇ ਬਟ ਆ ਫੋਰਥ ਪੁਆਇੰਟ ਵੈਰੀ ਵੈਰੀ ਇੰਪੋਰਟੈਂਟ ਵਾਂਸ ਅਗੇਨ ਰਿਜ਼ਲਟ ਆ ਟ्रू ਓਨਲੀ ਐਨ ਐਵਰੇਜ ਬਟ ਇਸ ਦੇ ਜਿਹੜੇ ਰਿਜ਼ਲਟ ਜਿਹੜੇ ਟ्रू ਹੁੰਦੇ ਆ ਸਿਰਫ ਐਵਰੇਜ ਬੇਸਿਸ ਤੇ ਟ्रू ਹੁੰਦਾ ਅਗਰ ਉਹ ਅਸੀਂ ਕਰੈਕਟ ਐਕਚੁਅਲ ਕਾਊਂਟ ਕਰਨ ਲੱਗ ਜਾਈਏ ਦੈਨ ਉਹ ਟ्रू ਨਹੀਂ ਹੁੰਦੇ ਦੈਨ ਉਹ ਫਾਲਸ ਹੋ ਜਾਂਦੇ ਨੇ ਜਿਵੇਂ ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਅਗਰ ਮੈਂ ਕਹਾਂ ਕਿ ਆਪਣਾ ਪਲਸ 1 ਕਮਰਸ ਕਲਾਸ ਦੇ ਇਕਨੋਮਿਕਸ ਵਿੱਚੋਂ ਮਾਰਕਸ ਐਵਰੇਜ 80 ਆਇਆ ਆਊਟ ਆਫ 100 ਇਹ ਤਾਂ ਹੁਣ ਇਸ ਦਾ ਏ ਮਤਲਬ ਤਾਂ ਨਹੀਂ ਥੋੜੀ ਕਲਾਸ ਦੇ ਹਰ ਸਟੂਡੈਂਟ ਦੇ ਬੱਚੇ ਦੇ ਮਾਰਕਸ 80 ਆ। ਉਹਦਾ ਕੀ ਮਤਲਬ ਹੋਏਗਾ ਕਿਸੇ ਦੇ 74 ਵੀ ਹੈ ਕਿਸੇ ਦੇ 75 ਵੀ ਹੈ ਕਿਸੇ ਦਾ 84 ਵੀ ਹੈ ਕਿਸੇ ਦੇ 85 ਵੀ ਹੈ ਬਟ ਪਲੱਸ 1 ਕਮਰਸ ਇਕਨੋਮਿਕਸ ਦੇ ਸਟੂਡੈਂਟ ਦੇ ਬੱਚਿਆਂ ਦੇ ਮਾਰਕਸ ਐਵਰੇਜ 80 ਆ ਬਟ ਉਸ ਦਾ ਇਹ ਕਦੇ ਵੀ ਮਤਲਬ ਨਹੀਂ ਹੁੰਦਾ ਕਿ ਹਰ ਸਟੂਡੈਂਟਸ ਦੇ ਮਾਰਕਸ ਥੋੜੇ 80 ਨੇ ਆਊਟ ਆਫ 100 ਇਸ ਦਾ ਮਤਲਬ ਕੀ ਹੋ ਗਿਆ ਜੋ ਸਟੈਟਿਸਟਿਕਸ ਹੈ ਉਹ ਸਿਰਫ ਟਰੂ ਹੁੰਦਾ ਐਵਰੇਜ ਬੇਸਿਸ ਦੇ ਐਕਚੁਅਲ ਕਾਊਂਟਿੰਗ ਤੇ ਉਹ ਨਹੀਂ ਟਰੂ ਹੁੰਦਾ ਐਗਜ਼ਾਮਪਲ ਲੈ ਲਾਨੇ ਆਪਾਂ ਥਿਊਰੀ ਪੜ੍ਹ ਲਾਨੇ ਦੇਖੋ ਜੀ ਮੋਸਟ ਸਟੈਟਿਸਟੀਕਲ ਫਾਈਂਡਿੰਗ ਆਰ ਟਰੂ ਓਨਲੀ ਐਸ ਐਵਰੇਜ ਥੀਸ ਐਕਸਪ्रेस ਓਨਲੀ ਅ ਬ੍ਰੋਡ ਟੈਂਡੈਂਸੀ ਕਹਿੰਦੇ ਲਾਅ ਆਫ ਨੇਚਰਲ ਸਾਇੰਸ ਸਟੈਟਿਸ ਓਬਜ਼ਰਵੇਸ਼ਨ ਆਰ ਨੋਟ 에ਰਰ ਫਰੀ ਕਹਿੰਦੇ ਨੇਚਰਲ ਸਾਇੰਸ ਇਜ਼ ਅ ਸਟੈਟਿਸਟਿਕਲ ਜੋ ਓਬਜ਼ਰਵੇਸ਼ਨ ਹੁੰਦੀ ਔਰ 에ਰਰ ਫਰੀ ਨਹੀਂ ਹੁੰਦੀ ਇਹਨਾਂ ਨੇ ਐਗਜ਼ਾਮਪਲ ਕੀ ਦਿੱਤੇ ਪਏ ਜਿਵੇਂ ਮੈਂ ਤੁਹਾਨੂੰ ਮਾਰਕਸ ਦੀ ਐਗਜ਼ਾਮਪਲ ਦਿੱਤੀ ਤੁਹਾਡੀ ਕਲਾਸ ਦੀ ਜੇ ਅਗਰ ਪਰ ਕੈਪੀਟਾ ਇਨਕਮ ਆਫ ਇੰਡੀਆ 50000 ਪਰ ਐਨਮ ਹੈ ਇਸ ਦਾ ਮਤਲਬ ਨਹੀਂ ਹੈ ਕਿ ਹਰ ਪਰਸਨ ਦੀ ਇੰਡੀਆ ਦੇ ਵਿੱਚ ਇਨਕਮ 50000 ਪਰ ਐਨਮ ਹੈ ਇਹ ਵੀ ਇੱਕ ਬੜਾ ਸਟੈਟਿਸਟਿਕਸ ਦੀ ਆਪਣੀ ਲਿਮਿਟੇਸ਼ਨ ਹੋ ਗਈ ਬੜਾ ਅਗਲਾ ਪੁਆਇੰਟ ਆਉਂਦਾ ਵਿਦਆਊਟ ਰੈਫਰੈਂਸ ਰਿਜ਼ਲਟ ਮੇ ਪ੍ਰੂਵ ਟੂ ਬੀ ਰੋਂਗ ਬੜਾ ਮੈਂ ਇਹਦੀ ਐਗਜ਼ਾਮਪਲ ਸਮਝੋ ਤਾਂ ਤੁਹਾਨੂੰ ਇਹਦਾ ਕਲੀਅਰ ਹੋਏਗਾ ਇਹਨਾਂ ਨੇ ਕਿਹਾ ਕਿ ਬਿਨਾ ਰੈਫਰੈਂਸ ਉਹਦੇ ਰਿਜ਼ਲਟ ਰੋਂਗ ਹੋ ਜਾਂਦੇ ਨੇ ਕਿਸ ਦੇ ਰਿਜ਼ਲਟ ਸਟੈਟਿਸਟਿਕਸ रियल लाइफ ਕੋਈ ਵੀ ਐਗਜ਼ਾਮਪਲ ਲੈ ਲਾਂ ਨੇ ਆ ਕਿ ਇਨ ਦਾ ਬਿਜ਼ਨਸ ਆਫ ਕਲੋਥ ਕਿਸੇ ਕਪੜੇ ਦੇ ਬਿਜ਼ਨਸ ਵਿੱਚ ਕਿਸੇ ਨੂੰ ਪ੍ਰੋਫਿਟ ਹੋ ਰਿਹਾ ਸੀ 3 ਇਹਦਾ 1 ਲੱਖ 2 ਲੱਖ 3 ਲੱਖ ਅਗਰ ਤੁਸੀਂ ਐਵਰੇਜ ਗੱਡੋਗੇ ਇਹਦੀ ਤੁਹਾਨੂੰ ਕਿੰਨਾ ਪ੍ਰੋਫਿਟ ਹੋਏਗਾ ਤੁਹਾਨੂੰ ਪਤਾ ਚਲ ਜਾਏਗਾ ਆਪਣਾ ਕੀ ਨਾਮ ਹੈ ਦੇਖੋ ਓਨ ਦੀ ਅਦਰ ਹੈਂਡ ਪੇਪਰ ਬਿਜ਼ਨਸ ਵਿੱਚ ਵੀ ਤੁਹਾਡਾ ਪ੍ਰੋਫਿਟ ਡਿਊਰਿੰਗ ਦਾ ਸੇਮ ਈਅਰ ਹੋ ਰਿਹਾ 3 ਲੱਖ 2 ਲੱਖ 1 ਲੱਖ ਅਗਰ ਆਪਾਂ ਇਹਨਾਂ ਦੀ ਐਵਰੇਜ ਗੱਡੀਏ ਐਵਰੇਜ ਕਿੰਨੀ ਹੋਗੀ 2 ਲੱਖ ਬਟ ਹੁਣ ਅਗਰ ਐਵਰੇਜ ਬੇਸ ਦੇਖੀਏ ਕਲੋਥ ਬਿਜ਼ਨਸ ਵੀ ਸੇਮ ਹੈ ਤੇ ਆਪਣਾ ਪੇਪਰ ਬਿਜ਼ਨਸ ਵੀ ਬੜੀ ਗਲਤ ਧਿਆਨ ਨਾਲ ਦੇਖੋ ক্লোজ বিজনেস ਤੁਹਾਡਾ ਕੀ ਹੈ ਇਨਕਰੀਜ਼ ਹੋ ਰਿਹਾ ਹੈ ਜਦਕਿ পেਪਰ বিজনেস ਥੋੜਾ ਡਿਕਲਾਈਨ ਹੋ ਰਿਹਾ ਹੈ ਤਾਂ ਇਕਨੋਮਿਕ ਸਟੇਟਸ ਸਹੀ ਨਹੀਂ ਦੱਸ ਰਿਹਾ ਬਸ दैट इज ਇਖ ਨੇ ਇਹ ਕਹਿਆ ਤਾਂ ਕਿ ਦੋਨੇ ਵੀ ਨਜ਼ਵੀ ਐਵਰੇਜ ਸੇਮ ਹੈ ক্লোਥ বিজনেস ਵੀ 2 ਲੱਖ ਐਵਰੇਜ ਆ ਰਹੀ ਹੈ ਆਮਦਨ ਔਰ ਆਪਣੀ ਕੀ ਨਾਮ ਹੈ পেਪਰ বিজনেস ਵੀ 2 ਲੱਖ ਹੈ 2 ਲੱਖ ਕਿਵੇਂ ਆਈ ਹੈ 1 ਲੱਖ 2 ਲੱਖ 3 ਲੱਖ ਡਿਵਾਈਡਡ ਬਾਈ 3 ਜੇ ਤੁਹਾਨੂੰ ਐਵਰੇਜ ਗੱਢਣੀ ਹੁੰਦੀ ਹੈ ਦੈਨ ਤੁਹਾਡੀ ਐਵਰੇਜ ਆ ਗਈ 2 ਲੱਖ ਚੈੱਕ ਕਰੋਗੇ ਕਲੋਥ ਬਿਜ਼ਨਸ ਦੀ ਵੀ ਐਵਰੇਜ 2 ਲੱਖ ਆ ਰਹੀ ਹੈ ਪੇਪਰ ਬਿਜ਼ਨਸ ਦੀ ਵੀ ਐਵਰੇਜ 2 ਲੱਖ ਆ ਰਹੀ ਹੈ ਤਾਂ ਦੇਖਣ ਦਾ ਸਕਿੰਨਾ ਸਿੰਪਲ ਹੈ ਕਿ ਦੋਨੇ ਬਿਨਸ ਸੇਮ ਚੱਲੇ ਦੋਨੇ 2 ਲੱਖ ਆਵਰੇਜ ਆਮਦਨ ਹੈ ਪਰ ਤੁਸੀਂ ਸਭ ਤੋਂ ਵੱਡੀ ਚੈੱਕ ਕਰਨ ਵਾਲੀ ਗੱਲ ਹੈ ਜਿਹੜਾ ਕਲੋਥ ਬਿਜ਼ਨਸ ਹੈ ਉਹ ਪ੍ਰੋਗਰੈਸ ਵਿੱਚ ਜਾ ਰਿਹਾ ਹੈ ਜਿਹੜਾ ਪੇਪਰ ਬਿਜ਼ਨਸ ਹੈ ਉਹ ਡਿਕਲਾਈਨ ਜਾ ਰਿਹਾ ਹੈ ਇਸ ਕਰਕੇ ਸਟੈਟਿਸਟਿਕਸ ਤੁਹਾਡਾ ਉਰੇ ਲਿਮਿਟੇਸ਼ਨ ਹੋ ਗਈ ਵਿਦਆਊਟ ਰੈਫਰੈਂਸ ਰਿਜ਼ਲਟ ਮੇ ਪ੍ਰੂਵ ਟੂ ਵੀ ਰੋਂਗ ਬਿਨਾਂ ਰੈਫਰੈਂਸ ਇਹ ਰੋਂਗ ਰਿਜ਼ਲਟ ਦਿੰਦਾ ਹੈ ਵੇੜਾ ਸਟੈਟਿਸਟਿਕਲ ਐਕਸਪਰਟ ਪਰਸਨ ਯੂਜ਼ ਕਰ ਸਕਦੇ ਲਈ ਸਪੈਸ਼ਲਾਈਜ਼ ਨੋਲਜ ਹੋਣੀ ਚਾਹੀਦੀ ਹੈ ਇੱਕ ਲੇਮਨ ਲੇਮਨ ਦਾ ਕਾਮਨ ਮੈਨ ਇੱਕ ਕਾਮਨ ਮੈਨ ਇਸ ਨੂੰ ਯੂਜ਼ ਨਹੀਂ ਕਰ ਸਕਦਾ ਅਗਰੇ ਕਿਸੇ ਗਲਤ ਪਰਸਨ ਦੇ ਹੱਥ ਚਲੇਗੀ ਠੀਕ ਹੈ ਜੀ ਤਾਂ ਇਸ ਦਾ ਗਲਤ ਯੂਜ਼ ਵੀ ਹੋ ਸਕਦਾ ਹੈ ਇਸ ਕਰਕੇ ਇਸ ਨੂੰ ਯੂਜ਼ ਕਰਨ ਲਈ ਸਿਫਟ ਐਕਸਪਰਟ ਪਰਸਨ ਹੀ ਚਾਹੀਦਾ ਜਿਨੂੰ ਇੱਕ ਸਪੈਸ਼ਲਿਕ ਸਪੈਸ਼ਲ ਨੋਲਜ ਹੈ ਸਟੈਟਿਸਟੀਕਲ ਮੈਥਡ ਇਹ ਵੀ ਇੱਕ ਲਿਮਿਟੇਸ਼ਨ ਹੋਗੀ ਕਿ ਕਾਮਨ ਮੈਨ ਇਸ ਨੂੰ ਯੂਜ਼ ਕਰ ਸਕਦਾ ਮਿਸਯੂਜ਼ ਬੜਾ ਸਟੈਟਿਸਟਿਕ ਨੂੰ ਕੋਈ ਵੀ ਮਿਸਯੂਜ਼ ਕਰ ਸਕਦਾ ਹੈ ਇੱਕ ਮੈਂ ਕਾਉਂਟ ਦੇ ਟਰਮ ਨਾਲ ਕਲੀਅਰ ਕਰਦਾ ਜਿਵੇਂ ਇੱਕ ਅਕਾਉਂਟ ਦੇ ਟਰਮ ਹੈ ਤੁਹਾਨੂੰ ਉਹ ਵੀ ਕਲੀਅਰ ਹੋ ਜੇਗੀ ਵਿੰਡੋ ਡਰੈਸਿੰਗ ਜਿਵੇਂ ਕਿ ਕੋਈ ਵੀ ਆਪਣੇ ਬਿਜ਼ਨਸਮੈਨ ਹੁੰਦੇ ਨੇ ਆਪਣੇ ਲਾਸ ਨੂੰ ਪ੍ਰੋਫਿਟ ਵਿੱਚ ਕਨਵਰਟ ਕਰ ਦਿੰਦੇ ਨੇ ਦੇਖੋ ਉਹ ਵੀ ਸਟੈਟਿਸਟਿਕ ਹੀ ਇੱਕ ਨੰਬਰ ਹੈ ਉਹ ਪ੍ਰੋਫਿਟ ਲਾਸ ਵੀ ਇੱਕ ਨੰਬਰ ਹੈ ਤਾਂ ਉਹ ਆਪਣੀ ਮਰਜ਼ੀ ਨਾਲ ਉਸ ਨੂੰ ਲਾਸ ਨੂੰ ਪ੍ਰੋਫਿਟ ਵਿੱਚ ਕਨਵਰਟ ਕਰ ਦਿੰਦੇ ਨੇ ਮਤਲਬ ਉਹ ਸਟੈਟਿਸਟਿਕ ਦਾ ਮਿਸਯੂਜ਼ ਕਰ ਰਿਹਾ ਤਾਂ ਸਟੈਟਿਸਟਿਕ ਆਰਾਮ ਨਾਲ ਮਿਸਯੂਜ਼ ਹੋ ਸਕਦੀ ਹੈ ਕਿ ਦੇਖੋ ਸਟੈਟਿਸਟਿਕ ਮੇ ਯੂਜ਼ ਟੂ ਸਪੋਰਟ ਅ ਪ੍ਰੀ ਡਰੋਨ ਕਨਕਲੂਜਨ ਤੁਸੀਂ ਸੋਚਿਆ ਵੈਸੇ ਯਾਰ ਮੈਂ ਆਪਣਾ ਪ੍ਰੋਫਿਟ 10000 ਦਿਖਾਣਾ ਪਰ ਤੁਹਾਨੂੰ ਪ੍ਰੋਫਿਟ ਹੋਇਆ 2000 ਤੁਸੀਂ ਉਹਨੂੰ ਚੇਂਜ ਕਰ ਦੋਗੇ ਤੁਸੀਂ ਉਹਨੂੰ ਮਿਸਯੂਜ਼ ਕਰ ਦੋਗੇ ਤੁਸੀਂ ਉਹਨੂੰ 10000 ਪ੍ਰੋਫਿਟ ਕਰ ਦੋਗੇ 8000 ਵਧਾ ਕੇ ਜਿਸ ਨੂੰ ਇੱਕ ਅਕਾਊਂਟਿੰਗ ਟਰਮ ਇਹ ਵੀ ਕਿਹਾ ਜਾਂਦਾ ਵਿੰਡੋ ਡਰੈਸਿੰਗ ਮੇਰੇ ਤੁਹਾਡੀ ਆਪਣੀ ਲਿਮਿਟੇਸ਼ਨ ਹੋ ਗਿਆ ਸਟੈਟਿਸਟਿਕਸ ਦੀਆਂ ਇੱਕ ਵਾਰ ਮੈਂ ਦੁਬਾਰਾ ਐਕਸਪਲੇਨ ਕਰ ਰਿਹਾ ਦੇਖੋ ਫਸਟ ਇਹ ਥੋੜਾ ਨੰਮੈਰੀਕਲ ਫੈਕਟ ਸਟੈਟਿਸਟਿਕਸ ਸਿਫ ਥੋੜਾ ਡੀਲ ਕਰਦਾ ਆਪਣਾ ਕੁਆਂਟੀਟੇਟਿਵ ਨਾਲ ਕੁਆਲੀਟੇਟਿਵ ਨਾਲ ਨਹੀਂ ਡੀਲ ਕਰਦਾ ਸਟੱਡੀਡ ਆਫ ਐਗਰੀਗੇਟ ઓਨ ਇਸ ਸਟੈਟਿਸਟਿਕਸ ਥੋੜਾ ਡੀਲ ਕਰਦਾ ਆਪਣਾ ਐਗਰੀਗੇਟ ਨਾਲ ਸਿੰਗਲ ਫੈਕਟਰ ਨਾਲ ਉਹ ਨਹੀਂ ਡੀਲ ਕਰਦਾ ਸਿੰਗਲ ਡਾਟਾ ਨਾਲ ਉਹ ਨਹੀਂ ਡੀਲ ਕਰਦਾ ਹੋਮੋਜੀਨਿਟੀ ਆਫ ਡਾਟਾ ਕਿਸ ਸਟੈਟਿਸਟਿਕ ਡੀਲ ਕਰਦਾ ਸਿਫ ਹੋਮੋਜੀਨियस ਡਾਟਾ ਨਾਲ ਜਿਹੜਾ ਸੇਮ ਹੁੰਦਾ ਹੈ ਜਿਹੜਾ ਹੈਟਰੋਜੀਨियस ਡਾਟਾ ਹੁੰਦਾ ਸਟੈਟਿਸਟਿਕਸ ਉਸ ਨਾਲ ਨਹੀਂ ਡੀਲ ਕਰਦਾ ਉਸ ਤੋਂ ਬਾਅਦ ਆ ਗਿਆ ਰਿਜ਼ਲਟ ਆ ਟ्रू ਓਨਲੀ ਓਨ ਐਵਰੇਜ कि जो थोड़े स्टैटिस्टिक्स से अपने रिजल्ट ट्रू हूँ एवरेज बेसिस से ट्रू होंगे ने जब एग्जाम्पल तो दी से अगर एवरेज मार्क्स थोड़ी क्लास से एटी आए इकनोमिक्स हो इसका मतलब यह नहीं है कि हर बच्चे के मार्क्स एटी हो ਕਹਿੰਦੇ ਵਿਦਆਊਟ ਰੈਫਰੈਂਸ ਰਿਜ਼ਲਟ ਮੇ ਵੀ ਰੋਂਗ ਅਗਰ ਤੁਸੀਂ ਕੋਈ ਰੈਫਰੈਂਸ ਨਹੀਂ ਪਾਓਗੇ ਕਿ ਅਗਰ ਉਹ ਪ੍ਰੋਗਰੈਸ ਹੋ ਰਿਹਾ ਡਿਕਲਾਈਨ ਹੋ ਰਿਹਾ ਕੋਈ ਵੀ ਐਸਾ ਰੈਫਰੈਂਸ ਤਾਂ ਰਿਜ਼ਲਟ ਰੋਂਗ ਦੇਗਾ ਕਿਉਂਕਿ ਦੇਖੋ ਕਲੋਥ ਵੀ ਨਾ ਸੀ ਪੇਪਰ ਵੀ ਨਾ ਸੀ ਦੋਨਾਂ ਵਿੱਚੋਂ 2 ਲੱਖ ਪ੍ਰੋਫਿਟ ਦਿਖਾ ਰਿਹਾ ਹੈ ਸਟੈਟਿਸਟਿਕਸ ਐਕਸਪਰਟ ਯੂਜ਼ ਕਰ ਸਕਦਾ ਹੈ ਕਾਮਨ ਮੈਨ ਨਹੀਂ ਯੂਜ਼ ਕਰ ਸਕਦਾ ਇਹ ਵੀ ਲਿਮਿਟੇਸ਼ਨ ਹੈ ਇਹ ਮਿਸਯੂਜ਼ ਹੋ ਸਕਦਾ ਹੈ ਨੂੰ ਤੁਸੀਂ ਆਪਣੇ ਕਨਕਲੂਜਨ ਦੇ ਅਕੋਰਡਿੰਗ ਜੋ ਤੁਸੀਂ ਪ੍ਰੀ ਡ੍ਰੌਨ ਕਨਕਲੂਜਨ ਹੈ ਉਸ ਦੇ ਅਕੋਰਡਿੰਗ ਤੁਸੀਂ ਚੇਂਜ ਕਰ ਸਕਦੇ ਹੋ ਬੇਟਾ ਅੱਗੇ ਆਉਂਦਾ ਹੈ ਫੰਕਸ਼ਨ ਫਸਟ ਪੁਆਇੰਟ ਕੀ ਹੈ ਕੁਆਂਟੀਟੇਟਿਵ ਐਕਸਪ੍ਰੈਸ਼ਨ ਆਫ ਦਾ ਇਕਨੋਮਿਕ ਪ੍ਰੋਬਲਮ ਬੇਟਾ ਇਜ਼ ਆ ਪਹਿਲਾ ਫੰਕਸ਼ਨ ਐ ਸਟੈਟਿਸਟਿਕਸ ਦਾ ਇਹ ਇਕਨੋਮਿਕ ਪ੍ਰੋਬਲਮ ਨੂੰ ਕੁਆਂਟੀਟੇਟਿਵ ਵਿੱਚ ਦੱਸਦਾ ਹੈ ਜਿਵੇਂ ਇਕਨੋਮਿਕ ਪ੍ਰੋਬਲਮ ਬਾਲੋ ਤੁਸੀਂ ਅਨਇਮਪਲੋਇਮੈਂਟ ਤੁਸੀਂ ਸਭ ਨੇ ਨਾਮ ਸੁਣਿਆ ਪਿਆ ਇਹਨੂੰ ਕੁਆਂਟੀਟੇਟਿਵ ਦੱਸੇਗਾ ਕਿ ਤੁਹਾਡੇ ਆਪਣੇ ਕੰਟਰੀ ਵਿੱਚ ਕਿੰਨੀ ਅਨਇਮਪਲੋਇਮੈਂਟ ਹੈ 10% ਹੈ 20% ਹੈ ਕਿੰਨੇ 1000 ਹੈ ਕਿੰਨੀ ਅਨਇਮਪਲੋਇਮੈਂਟ ਹੈ ਕੁਆਂਟੀਟੇਟਿਵ ਐਕਸਪ੍ਰੈਸ਼ਨ ਦੱਸੇਗਾ ਤੁਹਾਡਾ ਸਟੈਟਿਸ ਮਤਲਬ ਇਹਦਾ ਪਹਿਲਾ ਫੰਕਸ਼ਨ ਕੀ ਹੋ ਗਿਆ ਕਿ ਇਕਨੋਮਿਕ ਪ੍ਰੋਬਲਮ ਨੂੰ ਕੁਆਂਟੀਟੇਟਿਵ ਵਿੱਚ ਦੱਸਦਾ ਹੈ ਕਿ ਹਰ ਚੀਜ਼ ਕਿੰਨੀ ਹੈ ਇਕਨੋਮੀ ਪ੍ਰੋਬਲਮ ਕੀ ਹੋ ਗਈ ਜਿਵੇਂ ਐਗਜ਼ਾਮਪਲ ਦਿੱਤੀ ਪ को सेकंड लाइन विच कंसीडर एनी इकोनॉमिक प्रॉब्लम प्रॉब्लम ऑफ अनएम्प्लॉयमेंट प्रॉब्लम ऑफ प्राइस राइज कोई प्राइस ਵੱਧ ਰਿਹਾ ਹੈ ਇਸ ਦੇ ਜੋ ਵੀ ਆਪਣੇ ਰੀਜ਼ਨ ਹੈ ਜਾਂ ਜੋ ਇਸ प्रॉब्लम ਹੈ ਇਸ ਨੂੰ ਇਹ ਕੁਆਂਟੀਟੇਟਿਵ ਕੁਆਂਟੀਟੇਟਿ ਮਤਲਬ ਫਿਗਰ ਦੇ ਵਿੱਚ ਡਿਫਾਈਨ ਕਰਦਾ ਹੈ ਇਸ ਬਟ ਅ ਫਸਟ ਫੰਕਸ਼ਨ ਹੋ ਗਿਆ एग्जांपल वे ਦਿੱਤੇ ਪਿਆ ਅਨਪਲॉयਮੈਂਟ 20% ਇਨ ਇੰਡੀਆ 20% ਮਲੇ ਫਿਗਰ ਵਿੱਚ ਦੱਸ ਰਿਹਾ ਹੈ ਮੇਰਾ ਅਗਲਾ ਪੁਆਇੰਟ ਆਉਂਦਾ ਇੰਟਰ ਸੈਕਟਰਲ ਇੰਟਰ ਟੈਂਪੋਰਲ ਕੰਪੈਰੀਜ਼ਨ। ਮੇਰਾ ਹੁਣ ਇੰਟਰ ਸੈਕਟਰਲ ਇੰਟਰ ਟੈਂਪੋਰਲ ਕੰਪੈਰੀਜ਼ਨ ਕੀ ਹੁੰਦਾ ਹੈ? ਇੰਟਰ ਸੈਕਟਰ ਦਾ ਮਤਲਬ ਹੈ ਕਿਸੇ ਇੱਕ ਸੈਕਟਰ ਦਾ ਦੂਸਰੇ ਸੈਕਟਰ ਨਾਲ ਕੰਪੈਰੀਜ਼ਨ ਕਰਨਾ। ਕਿਸੇ ਇੱਕ ਏਰੀਆ ਦਾ ਜਾਂ ਕਿਸੇ ਵੀ ਇੱਕ ਸੈਕਟਰ ਦਾ ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਸਮਝਾਉਂਗਾ ਕਿਸ ਤਰ੍ਹਾਂ ਅਗਰ ਆਪ ਜਿਵੇਂ ਆਪਾਂ ਕਿਹਾ ਕਿ ਰੂਰਲ ਔਰ ਅਰਬਨ ਸੈਕਟਰ ਜਿਵੇਂ ਦੋ ਸੈਕਟਰ ਹੋ ਗਏ ਇਕਨੋਮੀ ਦੇ ਕਿ ਰੂਰਲ ਸੈਕਟਰ ਵਿੱਚ ਕਿੰਨੀ ਅਨਪਲੋਇਮੈਂਟ ਆ ਅਰਬਨ ਸੈਕਟਰ ਵਿੱਚ ਕਿੰਨੀ ਅਨਇਮਪਲੋਇਮੈਂਟ ਆ ਹੋ ਗਈ ਇੰਟਰ ਸੈਕਟਰ ਕੰਪੈਰੀਜ਼ਨ ਅਗਰ ਮੈਂ ਇੰਟਰ ਟੈਂਪੋਰਲ ਕੰਪੈਰੀਜ਼ਨ ਦੀ ਗੱਲ ਕਰਾਂ ਤਾਂ ਟਾਈਮ ਦੇ ਹਿਸਾਬ ਨਾਲ ਕਿ 2020 ਦੇ ਵਿੱਚ ਆਪਣੀ ਰੂਰਲ ਵਿੱਚ ਕਿੰਨੀ ਅਨਪਲੋਇਮੈਂਟ ਵਿੱਚ ਸੀ ਤੇ 2019 ਵਿੱਚ ਰੂਰਲ ਵਿੱਚ ਕਿੰਨੀ ਅਨਪਲੋਇਮੈਂਟ ਆ ਉਹ ਹੁੰਦਾ ਇੰਟਰ ਟੈਂਪੋਰਲ ਦੁਆਰਾ ਸੁਨਾ ਇੰਟਰ ਸੈਕਟਰ ਮਤਲਬ ਇਕਨੋਮੀ ਦੇ ਦੋ ਸੈਕਟਰ ਨੂੰ ਕੰਪੈਰੀਜ਼ਨ ਕਰਨਾ ਜਿਵੇਂ ਰੂਰਲ इंटर टैम्परल मतलब कि अगर टाइम के हिसाब से कंपेरिजन करना कि 2020 थाउसेंड कितनी बिच्च है 2019 थाउसेंड कितनी किनइम्पलॉयमेंट होएगी बेटा अंडरलाइन वाली गलत लाइंस ला, ला, ला देखो दज एनालाइज द प्रॉब्लम ऑफ अनइम्प्लॉयमेंट द इकोम वुड लाइक लाइक टू नो द मैग्नीट्यूड ऑफ अनइम्पलॉयमेंट रूरल और अर्बन सेक्टर दिस वुड लाइक टू नो वट परसेंट ऑफ रूरल पॉपुलेशन इज ਅਨਇੰਪਲੋਇਡ ਕੰਪੇਅਰ ਟੂ ਅਰਬਨ ਪੋਪੂਲੇਸ਼ਨ ਇਹ ਥੋੜੀ ਹੋ ਗਈ ਬੇਟਾ ਇੰਟਰ ਸੈਕਟਰਲ ਤੇ ਇੰਟਰ ਟੈਂਪਰ ਕੰਪੈਰੀਜ਼ਨ ਮਤਲਬ ਹੁੰਦਾ ਹੈ ਚੇਂਜ ਇਨ ਦਾ ਮੈਗਨੀਟਿਊਡ ਆਫ ਪ੍ਰੋਬਲਮ ਓਵਰ ਟਾਈਮ ਟਾਈਮ ਦੇ ਨਾਲ ਪ੍ਰੋਬਲਮ ਵਿੱਚ ਕਿੰਨਾ ਚੇਂਜ ਆ ਰਿਹਾ ਠੀਕ ਹੈ ਜਦੋਂ ਤੁਸੀਂ ਇੱਕ ਈਅਰ ਦੇ 2020 ਨੂੰ 2019 ਨਾਲ ਕੰਪੈਰੀਜ਼ਨ ਕਰੋ ਇੰਟਰ ਟੈਂਪਰਲ ਹੋ ਜਾਏਗੀ ਬੇਟਾ ਥਰਡ ਆਂਦਾ ਵਰਕਿੰਗ ਆਊਟ ਆਫ ਦਾ ਕੋਜ਼ ਐਂਡ ਇਫੈਕਟ ਰਿਲੇਸ਼ਨਸ਼ਿਪ ਬੜਾ ਜਿਹੜਾ ਤੁਹਾਡਾ ਸਟੈਟਿਸਟਿਕਸ ਹੈ ਉਹ ਤੁਹਾਡਾ ਕੌਜ਼ ਐਂਡ ਇਫੈਕਟ ਰਿਲੇਸ਼ਨਸ਼ਿਪ ਦੱਸਦੀ ਹੈ ਕੌਜ਼ ਮਤਲਬ ਕਿਸੇ ਚੀਜ਼ ਦਾ ਕੀ ਕਾਰਨ ਹੈ ਤੇ ਉਸ ਦਾ ਕੀ ਇਫੈਕਟ ਹੋਏਗਾ ਤੇ ਉਸ ਨੂੰ ਕਿਵੇਂ ਦੂਰ ਕੀਤਾ ਜਾਵੇ ਜਿਵੇਂ ਦੇਖੋ ਇੱਕ ਐਗਜ਼ਾਮਪਲ ਵੀ ਦਿੱਤੇ ਹੋਏ ਮੈਂ ਵੀ ਤੁਹਾਨੂੰ ਆਪਣੀ ਐਗਜ਼ਾਮਪਲ ਦਊਂਗਾ ਕਿੰਨੇ ਇਕਨੋਮਿਸਟਸ ਟਰਾਈ ਕਰਦੇ ਨੇ ਫਾਈਂਡ ਆਊਟ ਦਾ ਕੌਜ਼ ਐਂਡ ਇਫੈਕਟ ਰਿਲੇਸ਼ਨਸ਼ਿਪ ਬੀਟਵੀਨ ਡਿਫਰੈਂਟ ਸੈਟ ਆਫ ਡਾਟਾ ਇਸ ਨਾਲ ਕੀ ਹੁੰਦਾ ਥਿਸ ਅਨੇਬਲ ਥੈਮ ਇਸ ਨਾਲ ਉਹਨਾਂ ਨੂੰ ਕੀ ਹੈਲਪ ਹੁੰਦੀ ਹੈ ਇੱਕ ਤਾਂ ਡਾਇਗਨੋਸਿਸ ਦਾ ਪ੍ਰੋਬਲਮ ਇੱਕ ਤਾਂ ਪ੍ਰੋਬਲਮ ਨੂੰ ਫਾਈਂਡ ਆਊਟ ਕਰ ਸਕਦਾ ਹੈ ਫਾਈਂਡ ਆਊਟ ਦੇ ਸੁਜੈਸਟ ਕਰ ਸਕਦੇ ਆ ਇਫੈਕਟਿਵ ਰੈਮੀਡੀਜ਼ ਰੈਮੀਡੀ ਮਤਲਬ ਉਸਨੂੰ ਕਿਵੇਂ ਠੀਕ ਕਰਨਾ ਹੈ ਜੇਕਰ ਤਾਂ ਪ੍ਰੋਬਲਮ ਫਾਈਂਡ ਆਊਟ ਕਰ ਸਕਦੇ ਆ ਇਫ ਇਫੈਕਟਿਵ ਰੈਮੀਡੀਜ਼ ਕਿ ਉਸ ਪ੍ਰੋਬਲਮ ਨੂੰ ਕਿਵੇਂ ਠੀਕ ਕੀਤਾ ਜਾਵੇ ਇੱਕ ਚੀਜ਼ ਇਹ ਦੱਸਦੇ ਨੇ ਐਗਜ਼ਾਮਪਲ ਦੇਖੋ ਡਿਕਲਾਈਨ ਇਨ ਦਾ ਡਿਮਾਂਡ ਆਫ ਇਨਵੈਸਟਮੈਂਟ ਗਵਰਨਮੈਂਟ ਦੇਖ ਰਹੀ ਹੈ ਕਿ ਡਿਮਾਂਡ ਇਨਵੈਸਟਮੈਂਟ ਵਿੱਚ ਡਿਕਲਾਈਨ ਆ ਰਿਹਾ ਹੁਣ ਉਹ ਇਸ ਦੇ ਰੀਜ਼ਨ ਦੇਖਣਗੇ ਤੇ ਗਵਰਨਮੈਂਟ ਕੋਸ਼ਿਸ਼ ਕਰੇਗੀ ਇਸਨੂੰ ਕਿਵੇਂ ਦੂਰ ਕੀਤਾ ਜਾਵੇ ਉਸ ਦੀ ਡਿਮਾਂਡ ਨੂੰ ਕਿਸ ਤਰ੍ਹਾਂ ਵਧਾਇਆ ਜਾਵੇ ਮਤਲਬ ਪਹਿਲਾ ਸੀ ਪ੍ਰੋਬਲਮ ਫਾਈਂਡ ਆਊਟ ਕੀਤੀ ਕਿ ਇਨਵੈਸਟਮੈਂਟ ਜਿਹੜੀ ਉਸਦੀ ਆਪਣੀ ਡਿਕਲਾਈਨ ਹੋ ਰਿਹਾ ਫਿਰ ਗਵਰਨਮੈਂਟ ਕੀ ਕੋਸ਼ਿਸ਼ ਕਰੇਗੀ ਉਹਦੀ ਰੈਮਡੀ ਰੈਮਡੀ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰੇ ਕਿ ਕਿਸ ਤਰ੍ਹਾਂ ਉਸ ਨੂੰ ਦੀ ਡਿਮਾਂਡ ਨੂੰ ਵਧਾਇਆ ਜਾਵੇ ਬੇਟਾ ਨੈਕਸਟ ਪੁਆਇੰਟ ਆਉਂਦਾ ਕੰਸਟਰਕਸ਼ਨ ਆਫ ਇਕਨੋਮਿਕ ਥਿਉਰੀ ਬੇਟਾ ਸਟੈਟਿਸਟਿਕਸ ਹੈਲਪ ਕਰਦਾ ਇਕਨੋਮਿਕ ਥਿਉਰੀ ਇ ਸਟੈਬਲਿਸ਼ ਕਰਨ ਵਿੱਚ ਹੁਣ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਇਕਨੋਮਿਕ ਥਿਉਰੀ ਕੀ ਹੁੰਦਾ ਬੇਟਾ ਇਕਨੋਮਿਕ ਥਿਉਰੀ ਦਾ ਮਤਲਬ ਕੀ ਹੈ ਜੋ ਰਿਲੇਸ਼ਨਸ਼ਿਪ ਦੱਸਦੀ ਹੈ ਕੋਈ ਵੀ ਡਿਫਰੈਂ ਜਿਸ ਤੋਂ ਅਸੀਂ ਕਨਕਲੂਜਨ ਤਿਆਰ ਕਰਦਾ ਹੈ ਕਨਕਲੂਜਨ ਮਤਲਬ ਰਿਜ਼ਲਟ ਦੁਆਰਾ ਸੁਨਣਾ ਇਕਨੋਮਿਕ ਥਿਉਰੀ ਦਾ ਕੀ ਮਤਲਬ ਹੈ ਕੋਈ ਵੀ ਦੋ ਡਾਟਾ ਦਾ ਰਿਲੇਸ਼ਨਸ਼ਿਪ ਦੱਸਣਾ ਜਿਸ ਤੋਂ ਅਸੀਂ ਕੋਈ ਰਿਜ਼ਲਟ ਮਤਲਬ ਕਨਕਲੂਜਨ ਤਿਆਰ ਕਰ ਸਕੀਏ ਪਹਿਲੀ ਲਾਈਨ ਦੇਖੋ ਇਟ ਇਜ਼ ਐਸਟੈਬਲਿਸ਼ਡ ਰਿਲੇਸ਼ਨਸ਼ਿਪ ਬਿਟਵੀਨ ਡਿਫਰੈਂਟ ਸੈਟਸ ਆਫ ਸਟੈਟਿਸਟੀਕਲ ਡਾਟਾ ਆਫਰਿੰਗ ਕਨਕਲੂਜਨ ਜਿਸ ਤੋਂ ਅਸੀਂ ਰਿਜ਼ਲਟ ਤਿਆਰ ਕਰ ਸਕਦੇ ਹਾਂ ਫੋਰ ਐਗਜ਼ਾਮਪਲ ਦੇਖੋ ਪ੍ਰਾਈਸ ਔਰ ਡਿਮਾਂਡ ਦਾ ਇੱਕ ਥਿਉਰੀ ਹੈ ਲਾਅ ਆਫ ਡਿਮਾਂਡ ਇਹ ਇਨਵਰਸ ਰਿਲੇਸ਼ਨ ਦੱਸਦਾ ਹੈ ਇਨਵਰਸ ਰਿਲੇਸ਼ਨ ਮੈਂ ਦੱਸਦਾ ਮਤਲਬ ਕਿ ਅਗਰ ਇੱਕ ਚੀਜ਼ ਵਧੇਗੀ ਦੂਜੀ ਚੀਜ਼ ਘਟੇਗੀ ਧਿਆਨ ਨਾਲ ਸੁਣਨਾ ਬੇਟਾ ਅਗਾਂਹ ਦੇਖੋ ਕਿਸੇ ਚੀਜ਼ ਦਾ ਪ੍ਰਾਈਸ ਵਧ ਜਾਂਦਾ ਹੈ ਤੁਸੀਂ ਉਹ ਚੀਜ਼ ਘੱਟ ਲੈਣੀ ਸ਼ੁਰੂ ਕਰ ਦਿੰਦੇ ਹੋ ਮਤਲਬ ਡਿਮਾਂਡ ਘਟਾ ਦਿੰਦੇ ਹੋ ਅਗਰ ਪ੍ਰਾਈਸ ਵਧਦਾ ਹੈ ਤਾਂ ਡਿਮਾਂਡ ਘਟ ਜਾਂਦੀ ਹੈ ਅਗਰ ਕਿਸੇ ਚੀਜ਼ ਦਾ ਪ੍ਰਾਈਸ ਘਟਦਾ ਹੈ ਤਾਂ ਡਿਮਾਂਡ ਵਧ ਜਾਂਦੀ ਹੈ ਉਸੇ ਦੀ ਡਿਮਾਂਡ ਵੱਜੇਗੀ ਉਸ ਨੂੰ ਆਪਾਂ ਬੋਲਦੇ ਕਿ ਇਹ ਰਿਲੇਸ਼ਨ ਦੱਸ ਰਿਹਾ ਕਿਸ ਦਾ ਦੋ ਡਾਟਾ ਦਾ ਦੋ ਡਾਟਾ ਕਿਹੜਾ ਹੈ ਪ੍ਰਾਈਸ ਐਂਡ ਡਿਮਾਂਡ ਕਿ ਅਗਰ ਪ੍ਰਾਈਸ ਵਧੇਗਾ ਡਿਮਾਂਡ ਘਟੇਗੀ ਅਗਰ ਪ੍ਰਾਈਸ ਘਟੇਗਾ ਡਿਮਾਂਡ ਵਧੇਗੀ ਇਸ ਤਰ੍ਹਾਂ ਜਿਹੜਾ ਸਟੈਟਿਸਟਿਕਸ ਹੈ ਉਹ ਇਕਨੋਮਿਕ ਥਿਊਰੀ ਕੰਸਟਰਕਸ਼ਨ ਕਰਨ ਵਿੱਚ ਹੈਲਪ ਕਰਦਾ ਹੈ ਬੜਾ ਇਕਨੋਮਿਕ ਫੋਰਕਾਸਟਿੰਗ ਬੇਟਾ ਸਟੈਟਿਸਟਿਕਸ ਫੋਰਕਾਸਟਿੰਗ ਕਰਨ ਵਿੱਚ ਵੀ ਹੈਲਪ ਕਰਦਾ ਹੈ ਬੇਟਾ ਫੋਰਕਾਸਟਿੰਗ ਕੋਈ ਐਸਟ੍ਰੋਲੋਜੀਕਲ ਪ੍ਰੈਡਿਕਸ਼ਨ ਨਹੀਂ ਹੁੰਦੀ ਕਿ ਅਸੀਂ ਪ੍ਰੈਡਿਕਸ਼ਨ ਕਰਾਂਗੇ ਇਹ ਹੀ ਹੋਏਗਾ ਉਹ ਐਸਾ ਕੁਝ ਨਹੀਂ ਹੈ ਬੇਟਾ ਫੋਰਕਾਸਟਿੰਗ ਦਾ ਮਤਲਬ ਹੈ ਪਾਸਟ ਨੂੰ ਸਾਰੀ ਅੱਛੀ ਤਰ੍ਹਾਂ ਐਨਲਾਈਜ਼ ਕਰਨਾ ਤੇ ਫਿਊਚਰ ਬਾਰੇ ਪ੍ਰੈਡिक्ट ਕਰਨਾ ਠੀਕ ਹੈ ਜੀ ਸਟੈਟਿਸਟਿਕਸ ਹੈਲਪ ਕਰਦਾ ਕਿ ਉਹ ਪਾਸਟ ਵਿੱਚ ਜਿਵੇਂ ਤੁਸੀਂ ਇੱਕ ਐਗਜ਼ਾਮਪਲ ਲੈ ਕੇ ਚੱਲੋ ਕਿ ਪਾਸਟ ਵਿੱਚ ਕਿਸੇ ਚੀਜ਼ ਦਾ ਏ ਪ੍ਰਾਈਸ ਦੇ ਆ ਤੁਸੀਂ ਪ੍ਰੈਡिक्ट ਕਰੋਗੇ ਜੀ ਫਿਊਚਰ ਵਿੱਚ ਇਸ ਦਾ ਇਹ ਪ੍ਰਾਈਸ ਹੋਏਗਾ ਮਤਲਬ ਪਾਸਟ ਡਾਟਾ ਨੂੰ ਐਨਲਾਈਜ਼ ਕਰਨ ਤੋਂ ਬਾਅਦ ਫਿਊਚਰ ਨੂੰ ਪ੍ਰੈਡिक्ट ਕਰਨਾ ਉਸ ਨੂੰ ਆਪਾਂ ਬੋਲਦੇ ਆ ਫੋਰਕਾਸਟਿੰਗ ਨਾ ਕਿ ਕੋਈ ਵੀ ਐਸਟ੍ਰੋਲੋਜੀਕਲ ਪ੍ਰੈਡਿਕਸ਼ਨ ਨੂੰ ਤਾਂ ਸਟੈਟਿਸਟਿਕਸ ਇੱਕ ਫੋਰਕਾਸਟਿੰਗ ਕਰਨ ਵਿੱਚ ਵੀ ਆਪਾਂ ਨੂੰ ਹੈਲਪ ਕਰਦਾ ਹੈ ਫਾਰਮੂਲੇਟਿੰਗ ਆ ਪੋਲਿਸੀ ਬਟ ਸਟੈਟਿਸ ਇਸ ਗਵਰਨਮੈਂਟ ਦੇ ਹੈਲਪ ਕਰਦਾ ਪੋਲਿਸੀ ਬਣਾਉਣ ਵਿੱਚ ਜਿਵੇਂ ਫਾਈਨਾਂਸ ਮਿਨਿਸਟਰ ਨੇ ਆਪਣਾ ਡਿਸਾਈਡ ਕਰਨਾ ਹੈ ਕਿ ਇਨਕਰੀਜ਼ অর ਡੀਕਰੀਜ਼ ਟੈਕਸ ਕਰਨੇ ਟੈਕਸ ਵਧਾਣਿਆ ਜਾਂ ਘਟਾਣਿਆ ਬਟ ਫਾਈਨਾਂਸ ਮਿਨਿਸਟਰ ਵੀ ਸਟੈਟਿਸਟਿਕਲ ਸਟਡੀ ਕਰੇਗਾ ਬਟ ਸਟੈਟਿਸਟਿਕਲ ਹੈ ਕਿ ਨੰਬਰ ਹੈ ਸਿਰਫ ਨੰਬਰਾਂ ਦੀ ਸਟਡੀ ਕਰੇਗਾ ਕਿ ਫਾਈਨਾਂਸ ਮਿਨਿਸਟਰ ਚੈੱਕ ਕਰੇਗਾ ਕਿ ਉਸ ਦੇ ਦੇਸ਼ ਦੇ ਲੋਕਾਂ ਦੀ ਟੈਕਸ ਪੇਨ ਕਪੈਸਿਟੀ ਕਿੰਨੀ ਹੈ ਉਸ ਆਮ ਨਾਲ ਟੈਕਸ ਲਗਾ ਦੇਗਾ ਮਤਲਬ ਕਿ ਇਹ ਸਟੈਟਿਸਟਿਕਸ ਕੀ ਹੈ ਕਿ ਇੱਕ ਗਵਰਨਮੈਂਟ ਦੀ ਜਾਂ ਕਿਸੇ ਵੀ ਪਰਸਨ ਦੀ ਪੋਲਿਸੀ ਬਣਾਉਣ ਵਿੱਚ ਵੀ ਹੈਲਪ ਕਰਦਾ ਹੈ ਮੇਰਾ ਲਾਸਟ ਪੁਆਇੰਟ ਆਂਦਾ ਇਕਨੋਮਿਕ ਇਕੁਇਲਿਬਰੀਅਮ ਇਕੁਇਲਿਬਰੀਅਮ ਦਾ ਮਤਲਬ ਕੀ ਹੈ ਉਹ ਵਾਲਾ ਪੁਆਇੰਟ ਬੇਟਾ ਜਿੱਥੇ ਪ੍ਰੋਡਿਊਸਰ ਵੀ ਸੈਟੀਸਫਾਈ ਹੋਵੇ ਕਿ ਉਹਨੂੰ ਮੈਕਸਿਮਮ ਪ੍ਰੋਫਿਟ ਹੋ ਰਿਹਾ ਹੈ ਜਿਹੜਾ ਚੀਜ਼ ਵੇਚ ਰਿਹਾ ਹੈ ਜਿਹੜਾ ਤੁਸੀਂ ਚੀਜ਼ ਲੈ ਰਹੇ ਹੋ ਕੰਜ਼ਿਊਮਰ ਤੁਸੇ ਵੀ ਸੈਟੀਸਫੈਕਸ਼ਨ ਹੋਵੇ ਕਿ ਤੁਹਾਨੂੰ ਵੀ ਜਿਹੜੀ ਸੈਟੀਸਫੈਕਸ਼ਨ ਹੋ ਮੈਕਸਿਮਮ ਹੋ ਰਹੀ ਹੈ ਇਕਵਿਲੀਬਰੀਅਮ ਬੇਟਾ ਉਹ ਪੁਆਇੰਟ ਹੁੰਦਾ ਹੈ ਅਗਰ ਆਪਾਂ ਪਲੱਸ 2 ਲੈਂਗੁਏਜ ਪੜਾਂ ਪਲੱਸ 2 ਕਲਾਸ ਦੇ ਅਕੋਰਡਿੰਗ ਦੱਸਦਾ ਜਿੱਥੇ ਡਿਮਾਂਡ ਐਂਡ ਸਪਲਾਈ ਬਰਾਬਰ ਹੋਵੇ ਤੁਹਾਨੂੰ ਇਹ ਪਲੱਸ 2 ਕਲਾਸ ਵਿੱਚ ਦੱਸਿਆ ਜਾਏਗਾ ਬਟ ਉਰੇ ਤੁਸੀਂ ਇਹਨਾਂ ਡਿਟੇਲ ਵਿੱਚ ਨਹੀਂ ਜਾਣਾ ਉਰੇ ਜਦ ਤੁਹਾਡਾ ਇਕਵਿਲੀਬਰੀਅਮ ਦਾ ਮਤਲਬ ਕੀ ਹੁੰਦਾ ਜਿੱਥੇ ਤੁਹਾਡਾ ਪ੍ਰੋਡਿਊਸਰ ਨੂੰ ਲੱਗੇ ਕਿ ਮੇਰੇ ਪ੍ਰੋਫਿਟ ਮੈਕਸਿਮਮ ਹੋ ਰਹੇ ਨੇ ਤੇ ਕੰਜ਼ਿਊਮਰ ਨੂੰ ਲੱਗੇ ਕਿ ਜਿਹੜੀ ਮੈਂ ਚੀਜ਼ ਲਈ ਹੈ ਉਸ ਤੋਂ ਉਹਨੂੰ ਸੈਟੀਸਫੈਕਸ਼ਨ ਮੈਕਸਿਮਮ ਹੋ ਜਾਏ ਤਾਂ ਉਹ ਚੀਜ਼ ਨੂੰ ਬੋਲਦੇ ਨੇ ਇਕਵਿਲੀਬਰੀਅਮ ਉਹ ਵੀ ਸੈਟੀਸਫੈਕ ਮੈਡਮ ਇਹਦੇ ਫੰਕਸ਼ਨ ਕੀ ਇੱਕ ਵਾਰ ਦੁਬਾਰਾ ਫਿਰ ਰਿਪੀਟ ਕਰ ਲੈਣੇ ਆਪਾਂ ਫਸਟ ਜਿਹੜੀਆਂ ਆਪਣੀਆਂ ਪ੍ਰੋਬਲਮਸ ਐ ਉਹਨੂੰ ਕੁਆਂਟੀਟੇਟਿਵ ਐਕਸਪਲੇਸ਼ਨ ਦਿੰਦੇ ਆ ਜਿਵੇਂ ਅਨਇੰਪਲੋਇਮੈਂਟ ਐ ਕਿੰਨੀ ਅਨਇੰਪਲੋਇਮੈਂਟ ਐ 10% 20% ਕਿੰਨੀ ਅਨਇੰਪਲੋਇਮੈਂਟ ਐ ਉਹਨੂੰ ਕੁਆਂਟੀਟੇਟਿਵ ਮਤਲਬ ਫਿਗਰ ਦੇ ਵਿੱਚ ਸ਼ੋ ਕਰਦੀ ਐ ਸਟੈਟਿਸਟਿਕਸ ਸੈਕੰਡ ਪੁਆਇੰਟ ਇੰਟਰ ਸੈਕਟਰ ਦੱਸ ਕੇ ਆਇਆ ਇੱਕ ਸੈਕਟਰ ਜਿਵੇਂ ਅਰਬਨ ਔਰ ਰੂਰਲ ਦਾ ਕੰਪੈਰੀਜ਼ਨ ਕਰਦੀ ਐ ਇੰਟਰ ਟੈਂਪਲ ਦੱਸ ਕੇ ਆਇਆ ਕਿ ਇੱਕ ਟਾਈਮ ਦਾ 2020 ਵਿੱਚ ਕਿੰਨੀ ਅਨਇੰਪਲੋਇਮੈਂਟ ਸੀ 2019 ਕੋਜ਼ ਐਂਡ ਇਫੈਕਟ ਰਿਲੇਸ਼ਨਸ਼ਿਪ ਦੱਸਦੀ ਹੈ ਕਿ ਕਿਸੇ ਚੀਜ਼ ਦਾ ਕੀ ਕਾਰਨ ਹੈ ਤੇ ਉਸ ਚੀਜ਼ ਦਾ ਕੀ ਇਫੈਕਟ ਪਏਗਾ ਕਿਸੇ ਚੀਜ਼ ਦਾ ਕੀ ਕਾਰਨ ਹੈ ਉਸ ਦਾ ਕੀ ਇਫੈਕਟ ਪਏਗਾ ਇਸ ਨਾਲ ਸਿਰਫ ਪ੍ਰੋਬਲਮ ਨੂੰ ਡਾਇਗਨੋਸਿਸ ਮਤਲਬ ਫਾਈਂਡ ਆਊਟ ਕਰਦੇ ਆਂ ਦੈਨ ਰੈਮਡੀ ਲੱਭਦੇ ਆਂ ਰੈਮਡੀ ਮਤਲਬ ਉਹਦਾ ਬਚਾਅ ਕਿ ਉਸ ਨੂੰ ਕਿਵੇਂ ਠੀਕ ਕੀਤਾ ਜਾਂਦਾ ਐਗਜ਼ਾਮਪਲ ਸੀਗੀ ਅਗਰ ਤੁਹਾਡੀ ਕਿਸੇ ਜੀ ਦੀ ਡਿਮਾਂਡ ਘਟ ਰਹੀ ਹੈ ਤਾਂ ਗਵਰਨਮੈਂਟ ਚੈੱਕ ਕਰੇਗੀ ਉਹ ਕਿਉਂ ਘਟ ਰਹੀ ਹੈ ਤੇ ਉਹਨੂੰ ਇਨਕਰੀਜ਼ ਕਰਨ ਦੀ ਕੋਸ਼ਿਸ਼ ਕਰੇਗੀ ਇਕਨੋਮਿਕ ਥਿਊਰੀ ਕੰਸਟਰਕਸ਼ਨ ਵਿੱਚ ਹੈਲਪ ਕਰਦਾ ਹੈ ਜਿਵੇਂ ਤੁਹਾਨੂੰ ਲਾਅ ਆਫ ਡਿਮਾਂਡ ਬਾਰੇ ਦੱਸਿਆ ਤੇ ਅਗਰ ਪ੍ਰਾਈਸ ਘਟੇਗਾ ਡਿਮਾਂਡ ਵਧੇਗੀ ਇਹ ਤੁਹਾਡਾ ਰਿਲੇਸ਼ਨਸ਼ਿਪ ਦੱਸਦਾ ਲੋ ਆਫ ਡਿਮਾਂਡ ਤੇ ਇਹ ਵੀ ਸਟੈਟਿਸਟਿਕਸ ਦੇ ਨਾਲ ਹੀ ਪੋਸੀਬਲ ਹੈ ਬੇਟਾ ਫੋਰਕਾਸਟਿੰਗ ਬਾਰੇ ਦੱਸਿਆ ਕਿ ਐਸਟ੍ਰੋਲੋਜੀਕਲ ਕੋਈ ਪ੍ਰੈਡਿਕਸ਼ਨ ਜਾਂ ਫੋਰਕਾਸਟ ਇਹ ਮਤਲਬ ਹੁੰਦਾ ਪਾਸ ਡਾਟਾ ਐਨਲਾਈਜ਼ ਕਰਕੇ ਫਿਊਚਰ ਪ੍ਰੈਡिक्ट ਕਰਨਾ ਕਿ ਜੇਕਰ ਕਿਸੇ ਚੀਜ਼ ਦਾ ਪਾਸ ਵਿੱਚ ਕੀ ਪ੍ਰਾਈਸ ਰਹਿ ਰਿਹਾ ਤੇ ਫਿਊਚਰ ਵਿੱਚ ਉਸ ਦਾ ਇਹ ਪ੍ਰਾਈਸ ਰਹੇਗਾ ਥੈਟ ਇਜ਼ ਅ ਇਕਨੋਮਿਕ ਫੋਰਕਾਸਟਿੰਗ ਇਹ ਵੀ ਸਟੈਟਿਸਟਿਕਸ ਦੇ ਹੈਲਪ ਨਾਲ ਹੀ ਹੁੰਦੀ ਹੈ ਉਹਦਾ ਇੱਕ ਫੰਕਸ਼ਨ ਹੈ ਦਨ ਬੇਟਾ ਗਵਰਨਮੈਂਟ ਵਿੱਚ ਪੋਲਿਸੀ ਬਣਾਉਣ ਚ ਹੈਲਪ ਕਰਦਾ ਹੈ ਫਾਈਨੈਂਸ ਮਿਨਿਸਟਰ ਟੈਕਸ ਪੇਇੰਗ ਕਪੈਸਿਟੀ ਦੇ ਕੇ ਟੈਕਸ ਲਗਾਏਗਾ ਤੁਹਾਨੂੰ ਐਗਜ਼ਾਮਪਲ ਦਿੱਤੇ ਸੀ ਤੇ ਇਕਵਿਲੀਬ੍ਰੀਅਮ ਉਹ ਬੇਟਾ ਪੁਆਇੰਟ ਹੁੰਦਾ ਹੈ ਜਿੱਥੇ ਪ੍ਰੋਡਿਊਸਰ ਨੂੰ ਮੈਕਸਿਮਮ ਪ੍ਰੋਫਿਟ ਹੋ ਰਿਹਾ ਹੋਵੇ ਕੰਜ਼ਿਊਮਰ ਨੂੰ ਮੈਕਸਿਮਮ ਸੈਟੀਸਫੈਕਸ਼ਨ ਜੋ ਤੁਸੀਂ ਚੀਜ਼ ਲੈ ਆਂਦੀ ਹੈ ਉਹ ਤੁਹਾਨੂੰ ਮੈਕਸਿਮਮ ਸੈਟੀਸਫੈਕਸ਼ਨ ਹੋ ਰਹੀ ਹੋਵੇ ਇਹ ਵੀ ਚੀਜ਼ ਥੋੜੀ ਸਟੈਟਿਸਟਿਕਸ ਦੇ ਨਾਲ ਹੀ ਪੋਸੀਬਲ ਹੈ ਬੇਟਾ ਅਸ ਦਿਨ ਤੁਹਾਡੀ ਵੀਡੀਓ ਵਿੱਚ ਲਿਮਿਟੇਸ਼ਨ ਐਂਡ ਆਪਣਾ ਫੰਕਸ਼ਨ ਆਫ ਸਟੈਟਿਸਟਿਕਸ ਹੋ